ਸੋ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਤੁਹਾਡੀ ਆਪਣੀ ਪੰਜਾਬੀ ਚੈਨਲ ਹਿੰਦ ਪੰਜਾਬ ਤੇ ਸਵਾਗਤ ਹੈ ਤੇ ਮੈਂ ਬਲਜੀਤ ਪਰਮਾਰ ਹਾਜ਼ਰ ਹਾਂ ਅੱਜ ਦੀ ਸਭ ਤੋਂ ਅਹਿਮ ਖਬਰ ਲੈ ਕੇ ਬੜੀ ਗਣੀ ਕਹਿ ਸਕਦੇ ਕਿਉਂਕਿ ਸਾਰੋ ਕੁਝ ਥਾਲ ਲਈ ਤੁਹਾਨੂੰ ਪਤਾ ਹੈ ਪਰ ਜੋ ਨਵੀਆਂ ਡਵੈਲਪਮੈਂਟਸ ਹੋਈਆਂ ਉਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਦੋ ਵੱਡੀਆਂ ਖਬਰਾਂ ਨੇ ਜਿਨ੍ਹਾਂ ਦਾ ਪੰਜਾਬ ਦੇ ਕ੍ਰਾਈਮ ਪੁਲਿਸ ਡਿਪਾਰਟਮੈਂਟ ਆਮ ਲੋਕਾਂ ਨਾਲ ਬਹੁਤ ਗਹਿਰਾ ਵਾਰਿਆ ਪਿਛਲੇ ਕਈ ਸਾਲਾਂ ਤੋਂ ਤੇ ਪਿਛਲੇ ਕੁਝ ਮਹੀਨਿਆਂ ਤੋਂ ਗੱਲ ਕਰ ਰਹੇ ਆ ਖੋਜੀ ਪੱਤਰਕਾਰ ਰਜਿੰਦਰ ਸਿੰਘ ਤਗੜਦੀ ਔਰ ਸਾਬਕਾ ਡੀਜੀਪੀ ਪੰਜਾਬ ਸੁਮੇਦ ਸੈਣੀ ਦੀ ਪਹਿਲੀ ਗੱਲ ਇਹ ਦੱਸਦੀ ਹੈ ਕਿ ਰਜਿੰਦਰ ਸਿੰਘ ਤਗੜ ਨੂੰ ਅੱਜ ਪੰਜਾਬ ਹਾਈ ਕੋਰਟ ਤੋਂ ਰੇਪ ਦੇ ਕੇਸ ਵਿੱਚੋਂ ਵੀ ਜ਼ਮਾਨਤ ਮਿਲ ਗਈ ਹੈ ਇਸ ਤੋਂ ਪਹਿਲਾਂ ਜਿਹੜੇ 3 ਕੇਸ ਹੋਰ ਸੀ ਸਮੇ ਸਮੇ ਉਹਨਾਂ ਚ ਵੀ ਜ਼ਮਾਨਤ ਮਿਲ ਗਈ ਸੀ ਤੁਹਾਡੇ ਨਾਲ ਕਬਰਸਤਾਨ ਜੀ ਵੀ ਕੀਤੀ ਸੀ ਪਰ ਅੱਜ ਰੇਪ ਤੇਜ਼ਤੀ ਪਹਿਲੀ ਪੇਸ਼ੀ ਸੀ ਪਹਿਲੀ ਪੇਸ਼ੀ ਤੇ ਹੀ ਆਨਰੇਬਲ ਜੱਜ ਮਿਸਟਰ ਬਰਾੜ ਉਹਨਾਂ ਨੇ ਅਰਜੇਦਰ ਤੇ ਤਗੜ ਨੂੰ ਜ਼ਮਾਨਤ ਦੇ ਦਿੱਤੀ ਦੋਸਤੋ ਤਗੜ ਸਾਹਿਬ ਦੇ ਉਹ ਸਹਯੋਗੀ ਨੇ ਮਨਾਨੀ ਲਾਣਾ ਚਾਹਦਾ ਨਾ ਤਾਂ ਚੰਗਿਆ ਬੰਦਾ ਤਾਂ ਲਿਆ ਜਾਂਦਾ ਉਹਨਾਂ ਨੇ ਇੱਕ ਪੋਸਟ ਪਾਈ ਫੇਸਬੁਕ ਤੇ ਕਿ ਸ਼ਾਇਦ ਬਲਜੀਤ ਪਰਮਾਰ ਨੂੰ ਤਗੜ ਦੇ ਜ਼ਮਾਨਤ ਮਿਲਣ ਤੇ ਬਹੁਤ ਅਫਸੋਸ ਹੋਇਆ ਹੋਣਾ ਮੈਂ ਉਹ ਅਕਲ ਤੇ ਹੰਨੇ ਬੰਦੇ ਨੂੰ ਦੱਸਣਾ ਚਾਹਨਾ ਜਿਹੜਾ ਬੌ 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 ਬੋਤ ਕਰਦਾ ਸਾਰਾ ਦਿਨ ਪਰ ਦਿਮਾਗ ਦਾ ਇਸਤੇਮਾਲ ਨਹੀਂ ਕਰਦਾ ਉਹਦੀ ਤਾਂ ਜ਼ਬਾਨ ਚੱਲਦੀ ਹੈ ਦਿਮਾਗ ਨਹੀਂ ਚੱਲਦਾ ਮੈਂ ਉਹਨੂੰ ਕਹਦੇ ਆ ਕਿ ਭਰਾਵਾ ਮੇਰਾ ਕੰਮ ਖਬਰਾਂ ਰਿਪੋਰਟ ਕਰਨਾ ਹੈ ਮੈਂ ਕਿਤੇ ਦਾ ਦੋਖੀ ਜਾਂ ਕਿਤੇ ਦਾ ਹਮਦਰਦ ਨਹੀਂ ਮੈਂ ਕਾਨੂੰਨ ਦੀ ਗੱਲ ਕਰਦਾ ਕਾਨੂੰਨ ਕਿਤੇ ਨੂੰ ਫੜਦਾ ਹੈ ਮੈਂ ਖਬਰ ਦਿਖਾਉਂਦਾ ਹਾਂ ਕਾਨੂੰਨ ਕਿਸੇ ਨੂੰ ਛੱਡ ਦਿੰਦਾ ਮੈਂ ਉਹ ਵੀ ਖਬਰ ਦਿਖਾ ਦੇਣਾ ਜਦੋਂ ਜਦੋਂ ਕਾਨੂੰਨ ਤੋਂ ਕੋਈ ਰਾਹਤ ਮਿਲਦੀ ਆ ਮੈਂ ਸਾਰੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਦੋਂ ਕਾਨੂੰਨ ਨੇ ਕਿਸੇ ਨੂੰ ਫੜਿਆ ਮੈਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦਾ ਰਿਹਾ ਮੋਹਨ ਜੰਦਰ ਸਿੰਘ ਤੱਗੜ ਨੂੰ ਬਲਜੀਤ ਪਰਮਾਰ ਨੇ ਤਾਂ ਫੜਿਆ ਨੀਤੀ ਨਾ ਉਹਦੇ ਰਿਸ਼ਤੇਦਾਰਾਂ ਨੇ ਫੜਿਆ ਤੀ ਨਾ ਉਸ ਕਰਤਾ ਸੀ ਮੈਨੂੰ ਤਾਂ ਕਿਹਾ ਗਿਆ ਸੀ ਇੱਕ ਕੇਸ ਕਰ ਉਹਦੇ ਖਿਲਾਫ ਮੈਂ ਮਨ੍ਹਾ ਕਰਤਾ ਕਿ ਮੈਂ ਕਿਹਾ ਮੈਂ ਨਹੀਂ ਕਰਦਾ ਮੈਂ ਉਹ ਗੱਲ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਮੈਂ ਮਹਾਲੀ ਪੁਲਿਸ ਨੂੰ ਆਪਣੀ ਸਟੇਟਮੈਂਟ ਦੇਣ ਤੋਂ ਇਨਕਾਰ ਕਰਤਾ ਕਿਉਂਕਿ ਮੈਂ ਇਹੋ ਜੇ ਕੰਮ ਕਰਦਾ ਨਹੀਂ ਕਾਨੂੰਨ ਆਪਣਾ ਕੰਮ ਕਰਦਾ ਕਾਨੂੰਨ ਨੂੰ ਕਰਨ ਦੇਣਾ ਚਾਹੀਦਾ ਕਾਨੂੰਨ ਦੇ ਰਾਤ ਰੋੜੇ ਨਹੀਂ ਅਟਕਾਉਣੇ ਚਾਹੀਦੇ ਸਾਡਾ ਸਾਰਿਆਂ ਦਾ ਲੈ ਦੇ ਕੇ ਜੇ ਹਿੰਦੁਸਤਾਨ ਤੇ ਦੇ ਕੋਈ ਸੰਸਥਾ ਬਚੀ ਆ ਜਿਹੜੀ ਮਾੜਾ ਮੋਟਾ ਲੋਕਾਂ ਤੇ ਅਧਿਕਾਰਾਂ ਦੀ ਲੋਕਾਂ ਦੀਆਂ ਸਮੱਸਿਆਵਾਂ ਦੀ ਉਹ ਮਾੜੀ ਮੋਟੀ ਪਹਿਰੇਦਾਰੀ ਕਰਦੀ ਆ ਤਾਂ ਉਹ ਸਾਡੀ ਜੁਡੀਸ਼ਰੀ ਹੈ ਤੇ ਜੇ ਆਪਾਂ ਜੁਡੀਸ਼ਰੀ ਤੇ ਹੀ ਇਲਜ਼ਾਮ ਲਾਉਣੇ ਸ਼ੁਰੂ ਕਰ ਦਈਏ ਕਿ ਜੁਡੀਸ਼ਰੀ ਆ ਉਹ ਬਰਾਬਰ ਇਨਸਾਫ ਨਹੀਂ ਦਿੰਦੀ ਬੜੀ ਦੇਰ ਬਾਅਦ ਇਨਸਾਫ ਮਿਲਦਾ ਇਹਨਾਂ ਦੋਨਾਂ ਗੱਲਾਂ ਦੀ ਗੱਲ ਆ ਪਾਸ ਜਿੱਦੀ ਇਸ ਰਿਪੋਰਟ ਚ ਕਰਨੀ ਆ ਇੱਕ ਪਾਸੇ ਉਹ ਸ ਜਿਹੜਾ ਤਗੜਦਾ ਸਹਿਯੋਗੀ ਆ ਇਹਨਾਂ ਦੇ ਗਰੁੱਪ ਦਾ ਮੈਂਬਰ ਵੀ ਆ ਉਹਨੇ ਇੰਨਾ ਰੋਲਾ ਪਾਇਆ ਸੀ ਕਿ ਸਾਰੀਆਂ ਐਫ ਆਈ ਆਰ ਫੇਕ ਸਾਰੀਆਂ ਐਫ ਆਈ ਆਰ ਨਕਲੀ ਲੇਕ ਉਸ ਤੋਂ ਬਾਅਦ ਵੀ ਤਕਰੀਬਨ 4.5 ਮਹੀਨੇ ਲੱਗੇ ਉਹ ਵਿਚਾਰੇ ਤਗੜ ਨੂੰ ਜ਼ਮਾਨਤਾ ਲੈਣ ਵਿੱਚ ਪਰ ਆਖਿਰ ਕਾਨੂੰਨ ਨੇ ਆਪਣਾ ਕੰਮ ਕੀਤਾ ਉਹਨੂੰ ਇੱਕ ਇੱਕ ਕਰਕੇ ਸਾਰੇ ਕੇਸਾਂ ਤੋਂ ਜ਼ਮਾਨਤ ਮਿਲ ਗਈ ਅਸੀਂ ਕਾਨੂੰਨ ਦੀ ਤਾਰੀਫ਼ ਕਰਦੇ ਹਾਂ ਕਾਨੂੰਨ ਦੇ ਕੀਤੇ ਫੈਸਲਿਆਂ ਦੀ ਇੱਜ਼ਤ ਕਰਦੇ ਹਾਂ ਅਸੀਂ ਕਾਨੂੰਨ ਨਾਲ ਖੜੇ ਹਾਂ ਪਹਿਲਾਂ ਵੀ ਖੜੇ ਸੀ ਅੱਗੇ ਵੀ ਖੜੇ ਰਹਾਂਗੇ ਨਾ ਤਾਂ ਸਾਨੂੰ ਕਿਤੇ ਦੇ ਜੇਲ੍ਹ ਜਾਣ ਨਾਲ ਖੁਸ਼ੀ ਹੁੰਦੀ ਹੈ ਨਾ ਕਿਸੇ ਦੇ ਬਾਹਰ ਆਉਣ ਨਾਲ ਕੋਈ ਗਮੀ ਹੁੰਦੀ ਆ ਜਾਂ ਉਹਦਾਤੀ ਹੁੰਦੀ ਆ ਜਾਂ ਦੁੱਖ ਤਕਲੀਫ ਹੁੰਦੀ ਇਹ ਕਾਨੂੰਨੀ ਪ੍ਰਕਿਰਿਆ ਹੈ ਉਹ ਜਿਸ ਰੂਪ ਚ ਆਉਂਦੀ ਆ ਉਹ ਮੰਨ ਲੈਣੀ ਚਾਹੀਦੀ ਉਹ ਤੇ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਚੰਗਾ ਮਾੜਾ ਫੈਸਲਾ ਕਾਨੂੰਨ ਦਾ ਕਹਿਣ ਦਾ ਵੀ ਸਾਨੂੰ ਕੋਈ ਹੱਕ ਨਹੀਂ ਪਰ ਦੂਜੇ ਪਾਸੇ ਜਦੋਂ ਸਮੇਤ ਸਿੰਘ ਸੈਣੀ ਵਰਗੇ ਬੰਦੇ ਦੀ ਗੱਲ ਆਉਂਦੀ ਹੈ ਉਤమేਾ ਥੋੜਾ ਜਿਹਾ ਭਾਵਕ ਹੋ ਜਾਣਾ ਉਸ ਬੰਦੇ ਨੇ ਇੰਨੇ ਬੇਗੁਨਾਹਾਂ ਦਾ ਖੂਨ ਪੀਤਾ ਇੰਨੇ ਬੇਗੁਨਾਹਾਂ ਨੂੰ ਬੁਰੀ ਤਰ੍ਹਾਂ ਟੌਰਚਰ ਕੀਤਾ ਜਿਹੜਾ ਸ਼ਾਇਦ ਮੋਗਲਾਂ ਦੇ ਸਮਿਆਂ ਤੇ ਜੋ ਜ਼ੁਲਮ ਗੁਰੂ ਘਰ ਦੇ ਪ੍ਰੇਮੀਆਂ ਸਿੱਖਾਂ ਨਾਲ ਹੋਏ ਸੀ ਉਸੇ ਕਿਸਮ ਦਾ ਜ਼ੁਲਮ ਇਸ ਬੰਦੇ ਨੇ ਕੀਤਾ ਇਸ ਕਰਕੇ ਮੈਂ ਆਪਣੀਆਂ ਅਖਬਾਰ ਚ ਲੈ ਕੇ ਆਰਟੀਕਲ ਸੁਮੇਤ ਸਾਣੀ ਨੂੰ ਬੁੱਤਰਾ ਪੰਜਾਬ ਵੀ ਕਿਹਾ ਸੀ ਇਨੀ ਹਿੰਮਤ ਮੇਰੇ ਤੋਂ ਦੋ ਵੀ ਸੀਗੀ ਅੱਜ ਵੀ ਹੈ ਜੀ ਸੱਚ ਨੂੰ ਸੱਚ ਕਹਿਣਾ ਇਹ ਇਹਦੇ ਲਈ ਵੀ ਹਿੰਮਤ ਚਾਹੀਦੀ ਅੱਜ ਕਾ ਲੋਕ ਸੱਚ ਬੋਲਦੇ ਨਹੀਂ ਸੱਚ ਸੁਣਨ ਤੋਂ ਵੀ ਬਹੁਤ ਭੱਜਦੇ ਆ ਤੇ ਜਾਂ ਕਈ ਵਾਰੀ ਉਹਨਾਂ ਨੂੰ ਸੱਚ ਸਾਹਮਣੇ ਵੀ ਨਹੀਂ ਆਉਂਦਾ ਜਾਂ ਮੱਤਲੇ ਬਣ ਜਾਂਦੇ ਸਾਹਮਣੇ ਉਹ ਹੀ ਵੀ ਟੁੱਪ ਕਰ ਜਾਂਦੇ ਸਵਾਜ ਮੈਨੂੰ ਜੇ ਕੋਈ ਖੁਸ਼ੀ ਹੋਈ ਹੈ ਉਹ ਇਸ ਕਰਕੇ ਨਹੀਂ ਹੋਈ ਕਿ ਸਵੇ ਸੈਣੀ ਨੂੰ ਜੇ ਲਾਣਾ ਪਊ ਗਾਂਢ ਦੇਲ ਚਲੇ ਜਾਊਗਾ ਤਾਂ ਇਸ ਕਰਕੇ ਨਹੀਂ ਮੈਨੂੰ ਖੁਸ਼ੀ ਇਸ ਕਰਕੇ ਹੋਈ ਹੈ ਕਿ ਜਿਹੜਾ ਉਹ ਪਰਿਵਾਰ ਮਲਤਾਨੀ ਦਾ ਪਰਿਵਾਰ ਮਲਤਾਨੀ ਪਰਿਵਾਰ ਪੂਰਾ ਮਾਤਾ ਪਿਤਾ ਭੈਣ ਭਰਾ ਰਿਸ਼ਤੇਦਾਰ ਬਲਵੰਤ ਸਿੰਘ ਮਲਤਾਨੀ ਦੇ ਜਿੰਨੇ ਵੀ ਹੈ ਉਹਨਾਂ ਦੇ ਹਸਤਲੇ ਨੂੰ ਮੈਂ ਦਾਤ ਦਿਨਾ ਕਿ 1991 ਤੋਂ ਆਪਣੇ ਨੌਜਵਾਨ ਰਿਸ਼ਤੇਦਾਰ ਦੀ ਪੁੱਤਰ ਦੀ ਭਰਾ ਦੀ ਮੌਤ ਦਾ ਇਨਸਾਫ ਮੰਗਣ ਲਈ ਡਟੇ ਰਹੇ ਡਰੇ ਨਹੀਂ ਕਬਰਾਏ ਨਹੀਂ ਔਰ ਨਾਲ ਉਹਨਾਂ ਵਕੀਲ ਸਹਿਬਾਨਾਂ ਨੂੰ ਵੀ ਦਾਤ ਦਿਨਾ ਜਿਨ੍ਹਾਂ ਨੇ ਇਹਨੇ ਖਤਰੇ ਸਾਹਮਣੇ ਦੇਖਦੇ ਹੋਏ ਵੀ ਉਹਨਾਂ ਦਾ ਸਾਥ ਦਿੱਤਾ मेरा सारा प्रदीप वीरकवाल ਉਹਨਾਂ ਨਾਲ ਵੀ ਸਾਡੇ ਫੈਮਿਲੀ ਰਿਲੇਸ਼ਨ ਨੇ ਮਲਤਾਨੀ ਪਰਿਵਾਰ ਦੀ ਪੂਰੀ ਕਹਾਣੀ ਮੈਂ ਪ੍ਰਦੀਪ ਏਰਕ ਤੋਂ ਕਈ ਵਾਰੀ ਸੁਣ ਚੁੱਕਾ ਹਰ ਮੈਂ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਵੀ ਕਰੂੰਗਾ ਮੈਂ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਹੌਸਲਾ ਵੀ ਦਊਗਾ ਤੇ ਉਹਨਾਂ ਦੇ ਹੌਸਲੇ ਦੀ ਦਾਤ ਵੀ ਦੇਵਾਂਗਾ 33 ਸਾਲ ਬਹੁਤ ਲੰਬਾ ਸਮਾਂ ਹੁੰਦਾ ਕੋਈ ਲੜਾਈ ਲੜਨ ਲਈ ਉਹਨਾਂ ਨੇ ਨਾ ਤਾਂ ਆਸ ਛੱਡੀ ਨਾ ਉਹਨਾਂ ਨੇ ਜਦੋ ਜਹਿਦ ਛੱਡੀ 1991 ਸਮੇਂ ਸੈਣੀ ਤੇ ਹਮਲਾ ਹੁੰਦਾ ਉਰੇ 400 ਮੈਂ ਦੇ ਮਰ ਜਾਂਦੇ ਆ ਉਸ ਤੋਂ ਬਾਅਦ ਸੈਣੀ ਦਾ ਕਕਰ ਮਸ਼ੂਰ ਹੁੰਦਾ ਤਸ਼ਦਦ ਦਾ ਦੌਰ ਸ਼ੁਰੂ ਹੁੰਦਾ ਆਹ ਰਾ ਗਰਾ ਇਧਰੋਂ ਉਧਰੋਂ ਜਿਹੜਾ ਹੱਥ ਆ ਜਿਹੜਾ ਕਿਤੇ ਨੇ ਕਹਿਤਾ ਇਹਦਾ ਹੱਥ ਹੋ ਸਕਦਾ ਉਹਦਾ ਹੱਥ ਹੋ ਸਕਦਾ ਕਈ ਬੰਦੇ ੱੱਕੇ ਕਈ ਮਾਰਤੇ ਕਈ ਅੱਜ ਤੱਕ ਲਾ ਪਤਾ ਨਹੀਂ ਉਹਨਾਂ ਦੀ ਹਲਾਸ਼ਾ ਮਂਦੀ ਲੱਭੀ ਇਹ ਭਲਵਾਂ ਸਿੰਘ ਮਲਤਾਨੀ ਨੂੰ ਸਥਾਨਕ ਸੈਕਟਰ ਚਤੀਗੜ੍ਹ ਦੀ ਥਾਣੇ ਤੇ ਬਹੁਤ ਬੁਰੀ ਤਰ੍ਹਾਂ ਟੌਰਚਰ ਕੀਤਾ ਜਾਂਦਾ ਔਰ ਟੌਰਚਰ ਦਾ ਸ਼ਿਕਾਰ ਹੋ ਜਾਂਦਾ ਉਸ ਤੋਂ ਬਾਅਦ ਇੱਕ ਨਕਲੀ ਅਰੈਸਟ ਦਿਖਾਈ ਜਾਂਦੀ ਆ ਕਿਤੇ ਹੋਰ ਇਲਾਕੇ ਤੇ ਉਸ ਤੋਂ ਬਾਅਦ ਨਕਲੀ ਐਨਕਾਊਂਟਰ ਦਿਖਾਇਆ ਜਾਂਦਾ ਕਿ ਇਹਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾ ਰਹੇ ਸੀ ਇਹਨਾਂ ਪੁਲਿਸ ਦੀ ਕਾਸਟਡੀ ਤੋਂ ਭਜਣ ਦੀ ਕੋਸ਼ਿਸ਼ ਕੀਤੀ ਇਸ ਕਰਕੇ ਇਹਨੂੰ ਮੁਕਾਬਲਾ ਹੋ ਗਿਆ ਬਾਦ ਜਦੋਂ ਤੋਂ ਰੋਕਦੇ ਹੋਏ ਇਹਦੀ ਮੌਤ ਹੋ ਗਈ ਮਰਿਆ ਤਾਂ ਵਿਚਾਰਾ ਕਈ ਦਿਨ ਪਹਿਲਾਂ ਹੀ ਸੀ ਉਹ ਕਈ ਦਿਨ ਲਾਸ਼ ੜਦੀ ਰਹੀ ਉਹਦੀ ਬਾਦ ਟਿਕਾਣੇ ਲਗਾਤੀ ਇੱਕ ਨਕਲੀ ਐਨਕਾਊਂਟਰ ਕਹਿ ਕੇ ਸੋ ਦੋਸਤੋ ਇਹ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਕਾਨੂੰਨ ਨੇ ਪਾਵੇਂ 33 ਸਾਲਾਂ ਬਾਅਦ ਹੀ ਇਨਸਾਫ ਕੀਤਾ ਪਰ ਕੀਤਾ ਤਾਂ ਹੈ ਇਸ ਕਰਕੇ ਮੈਂ ਕਹਣਾ ਕਿ ਸਾਨੂੰ ਕਾਨੂੰਨ 'ਤੇ ਯਕੀਨ ਰੱਖਣਾ ਚਾਹੀਦਾ ਆਗ ਦੇ ਨੀਤਾ ਕਲ ਅਗਰ ਤੁਸੀਂ ਡਟੇ ਰਹੋ ਹੁੰਦਾ ਇਨਸਾਫ ਮਿਲੇਗਾ ਜ਼ਰੂਰ ਬਹੁਤ ਸਾਰੇ ਬੰਦੇ ਸਿਸਟਮ ਤੋਂ ਸਰਕਾਰ ਤੋਂ ਆਪਸਾਂ ਤੋਂ ਇਹ ਹੋਏ ਬੁਚੜਾ ਤੋਂ ਡਰਦੇ ਟਪ ਕਰ ਜਾਂਦੇ ਕੰਪਲੇਂਟ ਨਹੀਂ ਕਰਦੇ ਕਿਸੇ ਵਕੀਲ ਨੂੰ وکਾਲਤਨਾਮਾ ਸਾਈਨ ਕਰਕੇ ਨਹੀਂ ਦਿੰਦੇ ਤੇ ਫਿਰ ਉਹਨਾਂ ਦੀ ਲੜਾਈ ਲੜੂਗਾ ਕੌਣ ਜਦੋਂ ਆਪੀ ਲੜਨ ਨੂੰ ਤਿਆਰ ਨਹੀਂ ਹੁੰਦੇ ਸੋ ਇਸ ਕਰਕੇ ਮੈਂ ਕਹਿਣਾ ਕਿ ਹਿੰਮਤ ਹੌਸਲਾ ਔਰ ਕਾਨੂੰਨ ਤੇ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਅਗਰ ਮਲਤਾਨੀ ਪਰਿਵਾਰ ਨੂੰ ਦੇਸ਼ ਤੇ ਕਾਨੂੰਨ ਔਰ ਕਾਨੂੰਨ ਵਿਵਸਥਾ ਤੇ ਵਿਸ਼ਵਾਸ ਨਾ ਹੁੰਦਾ ਯਕੀਨ ਨਾ ਹੁੰਦਾ ਤੇ ਸ਼ਾਇਦ ਉਹ ਇੰਨੀ ਲੰਬੀ ਲੜਾਈ ਨਾ ਲੜਦੇ ਨਾ ਨਾ ਲੜ ਸਕਦੇ ਸੋ ਦੋਸਤੋ ਇਹ ਵਿਸ਼ਵਾਸ ਹੀ ਸਾਨੂੰ ਜਿਉਂਦੇ ਰਹਿਣ ਲਈ ਹਿੰਮਤ ਦਿੰਦਾ ਹੌਸਲਾ ਦਿੰਦਾ ਤੁਸੀਂ ਦੇਖੋ 1991 ਤੇ ਕਤਲ ਹੋਇਆ ਵਹਿਟਿਆਨਾ ਕਤਲ ਉਸ ਤੋਂ ਬਾਅਦ ਕਾਨੂੰਨ ਡੇਰੀਆਂ ਹੁੰਦੇ ਹੁੰਦੇ ਕਾਨੂੰਨੀ ਕਾਰਵਾਈਆਂ ਇਧਰੋਂ ਸਟੇ ਲੈ ਲਓ ਉਧਰੋਂ ਸਟੇ ਲੈ ਲਓ 2008 ਚ ਇਹ ਕੇਸ सीबीआई ਨੂੰ ਦੇ ਦਿੱਤਾ ਜਾਂਦਾ 9 ਸਾਲ ਤੇ 8 ਸਾਲ साल, 17 ਸਾਲ ਬਾਅਦ 2011 ਚ सीबीआई ਆਪਣੀ ਰਿਪੋਰਟ ਦੇ ਦਿੰਦੀ ਹੈ ਜਿਹਦੇ ਚ ਬੜਾ ਕਲੀਅਰਲੀ ਉਹ ਸਿੱਧ ਕਰ ਦਿੰਦੇ ਆ ਕਿ ਇਹਦੇ ਚ ਇਹ ਬਲਵੰਤ ਸਿੰਘ ਮਲਤਾਨੀ ਦਾ ਫੇਕ এনਕਾਊਂਟਰ ਕੀਤਾ ਗਿਆ ਉਸ ਤੋਂ ਪਹਿਲਾਂ ਨੂੰ ਜਾਨ ਤੋਂ ਮਾਰੇ ਆ ਗਿਆ ਤੋ ਇੱਕ ਸਰਬ ਨਾਲ ਸਮੇਤ ਸਿੰਘ ਸੈਣੀ ਦਾ ਦੋਸ਼ सीबीआई ਦੀ ਉਸ ਰਿਪੋਰਟ ਚ ਸਾਬਤ ਹੋ ਚੁੱਕਾ ਸੀ ਕਿਉਂਕਿ ਇਹ ਇਨਕੁਆਇਰੀ सीबीआई ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਦਿੱਤੀ ਸੀ ਇਸ ਕਰਕੇ ਸੈਣੀ 2011 12 ਸੁਪਰੀਮ ਕੋਰਟ ਮੂਵ ਕਰ ਦਿੰਦਾ ਕਿਉਂਕਿ सीबीआई ਨੂੰ ਇਨਕੁਆਇਰੀ ਦੇਣ ਤੋਂ ਪਹਿਲਾਂ ਹਾਈ ਕੋਰਟ ਨੇ ਮੇਰੇ ਕੋਲੋਂ ਤੇ ਮੇਰੇ ਵਕੀਲਾਂ ਤੋਂ ਮੇਰਾ ਪੱਖ ਨਹੀਂ ਲਿਆ ਮੇਰੇ ਆਬਜੈਕਸ਼ਨਸ ਮੈਨੂੰ ਕੀ ਇਤਰਾਜ਼ ਹੈ ਉਹ ਨਹੀਂ ਸੁਣੇ ਇਹ ਇੱਕ ਤਰਫਾ ਫੈਸਲਾ ਸੀ ਹਾਈ ਕੋਰਟ ਦਾ ਇਹ ਇੱਕ ਟੈਕਨੀਕਲ ਗਰਾਊਂਡ ਸੀ ਜਿਸ ਗਰਾਊਂਡ ਤੇ ਸੁਪਰੀਮ ਕੋਰਟ ਨੇ ਸੈਣੀ ਨੂੰ ਰਾਹਤ ਦੇ ਦਿੱਤੀ ਫੈਸਲਾ ਸੈਣੀ ਦੇ ਹੱਕ ਵਿੱਚ ਕਰਤਾ ਕਿ ਫੇਰ ਉੱਥੇ ਦੀ ਉੱਥੇ ਖੜਾ ਹੋ ਗਿਆ ਤੋ ਦੋਸਤੋ ਲੇਕਨ ਬੁਲਤਾਨੀ ਪਰਿਵਾਰ ਨੇ ਹਿੰਮਤ ਨਹੀਂ ਹਾਰੀ ਉਹਨਾਂ ਨੇ 2020 ਚ ਇੱਕ ਹੋਰ ਐਫਆਈਆਰ ਰਜਿਸਟਰ ਕਰਾ ਦਿੱਤੀ ਐਫਆਈਆਰ ਤਾਂ ਫਾਈਲ ਨਹੀਂ ਸੀਗੀ ਸੁਪਰੀਮ ਕੋਰਟ ਨੇ ਐਫਆਈਆਰ ਤਾਂ ਰੱਦ ਕੀਤੀ ਨਹੀਂ ਸੀ ਉਹਨਾਂ ਨੇ ਤਾਂ ਸੀਬੀਆਈ ਨੂੰ ਦਿੱਤਾ ਹੋਇਆ ਫੈਸਲਾ ਹਾਈ ਕੋਰਟ ਦਾ ਉਹ ਗਲਤ ਕਰਾਰ ਦਿੱਤਾ ਕਿ ਇਸ ਕਰਕੇ ਸੀਬੀਆਈ ਆਊਟ ਹੋ ਗਈ ਤੇ ਸੀਬੀਆਈ ਦੀਆਂ ਪਾਂਡੀ ਆਊਟ ਹੋ ਗਈਆਂ ਐਫਆਈਆਰ ਤਾਂ ਖੜੀ ਸੀ ਹੁਣ 2020 ਪਰਿਵਾਰ ਨੇ ਫੇਰ ਪੈਰਬਾਈ ਸ਼ੁਰੂ ਕੀਤੀ 2020 ਦਵਲ ਸੈਣੀ ਨੇ ਦੇਖਿਆ ਕਿ ਤਾਂ ਹਟਦੇ ਹੀ ਨਹੀਂ ਇਹ ਤਾਂ ਫੇਰ ਮੇਰੇ ਪਿੱਛੇ ਲੱਗ ਗਏ ਉਹਨੇ ਫੇਰ ਐਫ ਆਈ ਆਰ ਕੈਨਸਲ ਕਰਨ ਦੀ ਨਵੀਂ ਅਰਜ਼ੀ ਹਾਈ ਕੋਰਟ ਚ ਦੇਤੀ ਹਾਈ ਕੋਰਟ ਨੇ ਵਾਰਦੀ ਨਾ ਮਨਜ਼ੂਰ ਕਰਤੀ ਕਿ ਅਸੀਂ ਐਫ ਆਈ ਆਰ ਕੈਨਸਲ ਨਹੀਂ ਕਰ ਸਕਦੇ ਕਿਉਂਕਿ ਹਾਈ ਕੋਰਟ ਦੇ ਸਾਹਮਣੇ ਸੀਬੀਆਈ ਦੀ ਰਿਪੋਰਟ ਸੀਗੀ ਜਿਹੜੀ ਸੁਪਰੀਮ ਕੋਰਟ ਨੇ ਰੋਕਤੀ ਸੀ ਉਸ ਤੋਂ ਬਾਅਦ ਸਮੇਤ ਸਿੰਘ ਸੈਣੀ 2000 ਵਿੱਚ ਐਂਡ ਫਿਰ ਸੁਪਰੀਮ ਕੋਰਟ ਤੇ ਲਿਆ ਜਾਂਦਾ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਕਿ ਮੇਰੇ ਵਿਰੁੱਧ ਜੋ ਹਾਈ ਕੋਰਟ ਦਾ ਫੈਸਲਾ ਆਇਆ ਐਫ ਆਰ ਖਾਰਜ ਨਹੀਂ ਕੀਤੀ ਉਹ ਕੀਤੀ ਜਾਵੇ ਸੁਪਰੀਮ ਕੋਰਟ ਨੂੰ ਅਰਜ਼ੀ ਦਿੰਦਾ ਉਹ ਜੋ ਉੱਥੇ 2 2.5 ਸਾਲ ਇਹਦੀ ਅਪੀਲ ਪੈਂਡਿੰਗ ਰਹਦੀ ਹੈ 2023 ਚ ਪਹਿਲੀ ਹੀਰਿੰਗ ਹੁੰਦੀ ਆ ਸੈਣੀ ਦੀ ਅਪੀਲ ਤੇ ਸੈਣੀ ਉਸ ਪੇਸ਼ੀ ਤੇ ਨਹੀਂ ਜਾਂਦਾ ਕੋਈ ਵਾਹਨਾ ਲਗਾ ਦਿੰਦਾ ਕਿ ਮੇਰੇ ਘਰ 'ਚ ਆ ਫੰਕਸ਼ਨ ਆ ਉਹ ਆ ਆਪਣੇ ਵਕੀਲਾਂ ਦੇ ਤਰੂ ਅਗਲੀ ਤਰੀਕ ਲੈ ਲੈਂਦਾ ਅਗਲੀ ਤਰੀਕ ਸੁਪਰੀਮ ਕੋਰਟ ਦੇ ਦਿੰਦਾ ਉਸ ਤਰੀਕ ਤੇ ਫੇਰੇ ਨਹੀਂ ਹਾਜ਼ਰ ਹੁੰਦਾ ਫਿਰ ਕੋ ਹੋਰ ਵਾਹਨਾ ਲਾ ਦਿੱਤਾ ਉਸ ਤੋਂ ਬਾਅਦ ਦੋਸਤੋ ਆ ਦੋ ਦਿਨ ਪਹਿਲਾਂ ਸੁਪਰੀਮ ਕੋਰਟ 'ਚ ਤੀਸਰੀ ਤਾਰੀਖ ਪਈ بڑے ਵੱਡੇ ਵੱਡੇ ਵਕੀਲ ਖੜੇ ਕੀਤੇ ਸੈਣੀ ਮੈਂ ਹਮੇਸ਼ਾ ਇਹ ਮੁੱਦਾ ਕਈ ਵਾਰੀ ਉਠਾ ਚੁੱਕਾ ਕਿ ਇੰਨੇ ਮਹਿੰਗੇ ਮਹਿੰਗੇ ਵਕੀਲ ਖੜੇ ਕਰਨ ਦੀ ਪਾਉਂਚ ਕਪੈਸਿਟੀ ਇਹਨਾਂ ਬੰਦਿਆਂ ਕੋਲ ਕਿੱਥੋਂ ਆ ਜਾਂਦੀ ਹੈ ਜਿਨ੍ਹਾਂ ਦੀ ਇੱਕ ਲਿਮਿਟਿਡ ਜੀ ਪੈਨਸ਼ਨ ਜਿਹਦੇ ਤੋਂ ਆਪਣਾ ਘਰ ਵੀ ਚਲਾਉਂਦੇ ਆ ਮਕਾਨਾਂ ਦੇ ਕਿਰਾਏ ਵੀ ਦਿੰਦੇ ਆ ਨੌਕਰਾ ਚਾਕਰਾਂ ਦੇ ਕਰਦੇ ਇੰਨੇ ਪੈਸੇ ਕਿੱਥੋਂ ਬੱਝ ਜਾਂਦੇ ਆ ਕਿ ਲੱਖਾਂ ਲੱਖੜ ਭਾਈ ਇੱਕ ਇੱਕ ਹੀਰਿੰਗ ਦਾ ਸੁਪਰੀਮ ਕੋਰਟ ਦੇ ਮਹਿੰਗੇ ਵਕੀਲਾਂ ਨੂੰ ਦੇ ਦਿੰਦੇ ਆ ਇਹ ਤੇ ਵੀ ਕਦੇ ਸੁਪਰੀਮ ਕੋਰਟ ਦੇ ਮਾਣਯੋਗ ਚੀਫ ਜਸਟਿਸ ਨੂੰ ਗੱਲ ਕਰਨੀ ਚਾਹੀਦੀ ਹੈ ਆ ਦੇਖਦੇ ਆ ਕਦੇ ਸ਼ਾਇਦ ਉਹ ਦਿਨ ਵੀ ਆਊਗਾ ਜਦੋਂ ਇਹ ਲਕੂਨਾ ਜਿਹੜੀ ਆ ਇਹ ਵੀ ਦੂਰ ਹੋ ਜਾਊਗੀ ਕਿਤੇ ਲਕੂਨਾ ਜਿਹੜਾ ਇਹ ਵੀ ਕਿਤੇ ਟੁੱਟੂਗਾ ਜਿਹੜਾ ਇੱਕ ਨੈਕਸਸ ਬਣਿਆ ਹੋਇਆ ਵਟਾ ਕਾਨੂੰਨ ਚ ਉਹ ਵੀ ਟੁੱਟਣਾ ਚਾਹੀਦਾ ਪੈਸੇ ਦਾ ਔਰ ਵਕੀਲਾਂ ਦਾ ਨੈਕਸਸ ਜਿਹੜਾ ਉਹ ਟੁੱਟੂ ਦਰਾ ਗਾਲੇ ਬੱਚੀ ਜਾਂਦੇ ਸੀਰੀਅਲ ਕਿਲਰ ਬੱਚੀ ਜਾਂਦੇ ਸੀਰੀਅਲ ਰੇਪਿਸਟ ਬੱਚੀ ਜਾਂਦੇ ਰੇਪ ਕਰਨ ਵਾਲੇ ਬੱਚਿਆਂ ਦੇ ਅਗੇਂਸਟ ਕਰਾਇਮ ਕਰਨ ਵਾਲੇ ਬੱਚੀ ਜਾਂਦੇ ਤਰਫੀਸ ਕਰਕੇ ਕਿ ਮੈਂਗੇ ਵਕੀਲ ਉਹਨਾਂ ਦੇ ਕੇਸ ਨੂੰ ਟੱਗੀ ਤਰ੍ਹਾਂ ਰਿਪਰੈਜ਼ੈਂਟ ਕਰ ਦਿੰਦੇ ਆ ਤੇ ਕੋਰਟ ਨੂੰ ਉਹਨਾਂ ਦੇ ادله ਲਾ ਸਹੀ ਸਮਝ ਕੇ ਫੈਸਲਾ ਦੇਣਾ ਪੈਂਦਾ ਸੋ ਦੋਸਤੋ ਇਹ ਇਹ ਵੀ ਇੱਕ ਕਿਸ਼ੂ ਹੈ ਜਿਹੜਾ ਵਿਚਾਰ ਗੋਚਰੇ ਹੋਣਾ ਚਾਹੀਦਾ ਸੁਪਰੀਮ ਕੋਰਟ ਆ ਤੋ ਪਹਿਲੀ ਹੀਰਿੰਗ ਜਿਹੜੀ 11 ਸਾਲਾਂ ਬਾਅਦ ਸੁਪਰੀਮ ਕੋਰਟ ਹੁੰਦੀ ਹੈ ਸੈਣੀ ਦੇ ਕੇਸ ਦੀ ਪਹਿਲੀ ਹੀਰਿੰਗ ਚ ਸੁਪਰੀਮ ਕੋਰਟ ਸੁਮੇਤ ਸਿੰਘ ਸੈਣੀ ਦੇ ਕੇਸ ਨੂੰ ਵਗਾ ਕੇ ਮਾਰਦਾ ਕਿ ਕੋਈ ਰਲੀਫ ਨਹੀਂ ਦਿਓ ਇਹ ਆਪਾਈ ਰਹੇਗੀ ਔਰ ਤੜੇਕਲਾ ਟਰਾਇਲ ਹੋਏਗੀ ਹੁਣ ਮੈਨੂੰ ਲੱਗਦਾ ਕਿ ਬਹੁਤ ਜਲਦੀ ਕੁਝ ਮਹੀਨਿਆਂ ਦੇ ਅੰਦਰ ਅੰਦਰ ਹੀ ਇਹ ਜਿਹੜਾ ਕੇਸ ਹੈ ਉਹ ਸੈਸ਼ਨ ਕਮਿਟ ਹੋ ਜਾਏਗਾ ਅਰੋਸ ਤੋਂ ਬਾਅਦ ਇਹਦੇ ਚਾਰਜਸ ਪ੍ਰੇਮ ਹੋਣਗੇ ਕਹਿੰਦੇ ਸੀ ਜੀ ਇਹਦੇ ਤੇ ਕਿਹੜਾ ਕੋਈ ਚਾਰਜਸ ਸਾਬਤ ਹੋਇਆ ਜੇ ਤਾਂ ਪਰਚਾ ਹੋਇਆ ਪਰ ਪਰਚਾ ਹੋਣਾ ਵੀ ਤਾਂ ਆਰਮੀ ਦੇ ਗੁਨਾਹ ਨੂੰ ਕਿੰਨਾ ਕਿਸੇ ਲੈਵਲ ਤੱਕ ਸਾਬਤ ਕਰਦਾ ਹੀ ਆ ਸਿੱਧ ਕਰਦਾ ਹੁਣ ਸੈਣੀ ਦੀ نیند ਉੱਡੂਗੀ ਹੁਣ ਸੈਣੀ ਨੂੰ ਪਤਾ ਲੱਗੂਗਾ ਕਿ ਕਾਨੂੰਨ ਦੇ ਹੱਥ ਕਿਵੇਂ ਲੱਭੇ ਹੁੰਦੇ ਉਕੋਰ ਕਾਨੂੰਨਦਾਰ ਖਵਾਲਾ ਬਣ ਕੇ ਪੁਲਿਸਪੋਰਚ ਆਇਆ ਕਿ ਪਰ ਕਾਨੂੰਨ ਦੀਆਂ ਜੋਤਾਂ ਜੀਆਂ ਉਸ ਬੰਦੇ ਨੇ ਯੂਨੀਫਾਰਮ ਧਰਾਂਦੇ ਹੋਏ ਉਡਾਈਆਂ ਸ਼ਾਇਦ ਇਹੋ ਜੀਆਂ ਉਦਾਹਰਨਾ ਹਿੰਦੁਸਤਾਨ ਦੀ ਪੁਲਿਸ ਹੈਗੀਆਂ ਲੇਕਿਨ ਬਹੁਤ ਘਾਟੋ ਹੋਣਗੀਆਂ ਸੈਣੀ ਵਾਲਕੇ ਹੋਰ ਵੀ ਬਹੁਤ ਬੰਦੇ ਅੱਡਾ ਟਰਾਜਾਂ ਚ ਹੋਏ ਆ ਪਰ ਇੰਨੀ ਦਹਿਸ਼ਤ ਇਨਾ ਤਸ਼ੱਦਦ ਸ਼ਾਇਦ ਹੀ ਕਿਤੇ ਹੋਰ ਆਪਰਨੇ ਕੀਤਾ ਹੋ ਔਰ ਉਹਦੇ ਨਾਲ-ਨਾਲ ਜਿਹੜਾ ਨੇ ਦੂਜਿਆਂ ਤੋਂ ਕਰਵਾਇਆ ਪੂਲਾ ਨੇ ਹਾਂ ਕਰਕੇ ਬੰਦਿਆਂ ਤੋਂ ਹੋਰਾਂ ਤੋਂ ਆਪਣੇ ਏਜੰਟ ਖੜੇ ਕਰਕੇ ਲੋਕਾਂ ਦੇ ਘਰਾਂ ਨੂੰ ਅੱਗਾਂ ਲਗਵਾਈਆਂ ਦਿਉਂਦੇ ਜੀ ਸਾੜਤੇ ਮੰਡੀ ਗਵਿੰਦ ਘੜਦੀ ਇੱਕ ਰੋਲਿੰਗ ਮਿਲ ਦੀ ਪੱਠੀ ਤੇ ਪੂਰੇ ਦਾ ਪੂਰਾ ਪਰਿਵਾਰ ਸੜੇ ਘੱਡੀ ਸਿੱਟਦਾ ਇਹੋ ਜਿਹੇ ਇਲਜ਼ਾਮ ਵੀ ਅਕਸਰ ਸਮੇਤ ਸਿੰਘ ਸੈਣੀ ਤੇ ਲੱਗਦੇ ਰਹੇ ਪਰ ਦੋਸਤੋ ਹੁਣ ਕਾਨੂੰਨ ਨੇ ਬਹੁਤ ਚੰਗੀ ਕਾਰਵਟ ਲਈ ਹੈ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਕਾਨੂੰਨ ਦੀ ਐਕਸ਼ਨ ਤੇ ਖੁਸ਼ੀ ਹੈ ਮੈਨੂੰ ਇਸ ਗੱਲ ਦੀ ਕੋਈ ਕੋਚੀ ਨਹੀਂ ਕਿ ਸੈਣੀ ਤੇ ਕੇਸ ਚੱਲੂਗਾ ਜਾਂ ਸੈਣੀ ਟੰਗਿਆਂ ਜਾਊਗਾ ਜਾਂ ਸੈਣੀ ਸੈਣੀ ਨੂੰ ਪਾਂਤੀ ਹੋ ਜਾਊਗੀ ਜਾਂ ਸੈਣੀ ਢੇਲ ਚਲੇ ਜਾਊਗਾ ਉਹਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਸੈਣੀ ਨਾਲ ਮੇਰੀ ਪਰਸਨਲ ਲੈਵਲ ਤੇ ਕੋਈ ਦੁਸ਼ਮਣੀ ਨਹੀਂ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਆਖਰਕਾਰ ਕਾਨੂੰਨ ਆਪਣੇ ਪੱਖ ਤੇ ਸਹੀ ਉਤਰਿਆ ਖੁਸ਼ੀ ਇਸ ਗੱਲ ਦੀ ਹੈ ਕਿ ਉਹ ਪਰਿਵਾਰ ਜਿਹੜਾ 33 ਸਾਲ ਤੋਂ ਲੜ ਰਿਹਾ ਸੀ ਉਹਨਾਂ ਦੀਆਂ ਅੱਖਾਂ 'ਚ ਥੋੜੀ ਆਸ਼ਾ ਦੀ ਕਿਰਨ ਜਾਗੀ ਹੈ ਮੈਨੂੰ ਉਸ ਗੱਲ ਦੀ ਖੁਸ਼ੀ ਹੈ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਹੁਣ ਬਹੁਤ ਸਾਰੇ ਇਹੋ ਜਿਹੇ ਹੋਰ ਪੀੜਤ ਪਰਿਵਾਰ ਉਹ ਖੜੇ ਹੋਣਗੇ ਇਹਨਾਂ ਤੋਂ ਸਿੱਖ ਕੇ ਔਰ ਪੁਲਿਸ ਤੇ ਔਰ ਸਿਸਟਮ ਦੇ ਜ਼ੁਲਮਾਂ ਦੇ ਖਿਲਾਫ ਕਾਨੂੰਨ ਦੀ ਲੜਾਈ ਜਾਰੀ ਰੱਖਣਗੇ ਜਾਂ ਸ਼ੁਰੂ ਕਰਨਗੇ ਮੈਨੂੰ ਕੁਝ ਯਕੀਨ ਨਹੀਂ। ਸੋ ਮੈਂ ਉਸ ਵਾਪਸ ਤਗੜ ਤੇ ਆਉਦੇ ਹੋਏ ਆਖਰ ਵਿੱਚ ਅੱਜ ਦੇ ਐਪੀਸੋਡ ਦੇ ਇੱਕ ਵਾਰੀ ਫੇਰ ਕਹਿਣਾ ਚਾਹਣਾ ਕਿ ਨਾ ਤਾਂ ਮੈਨੂੰ ਤਗੜ ਦੇ ਅੰਦਰ ਜਾਣ ਦੀ ਖੁਸ਼ੀ ਸੀ ਤੇ ਨਾ ਮੈਨੂੰ ਉਹਦੇ ਬਾਹਰ ਆਉਣ ਦਾ ਕੋਈ ਗਮ ਹੈ ਨਾ ਖੁਸ਼ੀ। ਇਹ ਕਾਨੂੰਨੀ ਪ੍ਰਕਿਰਿਆ ਸੀ ਜੋ ਪੂਰੀ ਹੋ ਗਈ। ਕਾਨੂੰਨ ਨੇ ਜੋ ਕੀਤਾ ਸਹੀ ਕੀਤਾ। ਉਹ ਅਸੀਂ ਮਰਦੇ ਆਂ ਤੇ ਇਹਦੇ ਦੰਤ ਤੇ ਜੜੇ ਭੌਂਕੀ ਜਾਂਦੇ ਆ ਮੈਨੂੰ ਉਹਨਾਂ ਤੇ ਕੋਈ ਇਤਰਾਜ਼ ਨਹੀਂ ਮਹਾਰਾਜ ਜਨਾ ਨੂੰ ਮaaf ਕਰੇ ਕਿਉਂਕਿ ਉਹ ਨਹੀਂ ਜਾਣਦੇ ਉਹ ਕੀ ਕਹਿ ਰਹੇ ਆ ਸਮਾ ਬਹੁਤ ਬਲਵਾਨ ਹੁੰਦਾ ਕਾਨੂੰਨ ਤੇ ਹੱਥ ਬੜੇ ਲੰਬੇ ਹੁੰਦੇ ਆ ਉਹਨਾਂ ਨੇ ਵੀ ਦੋਜੋ ਕੀਤਾ ਉਹਨਾਂ ਦੇ ਸਾਹਮਣੇ ਵੀ ਇੱਕ ਤਾਂ ਆ ਜਾਣਾ ਪਰ ਮੈਂ ਜਾਣਦੇ ਜਾਂਦੇ ਇੱਕ ਪੱਤਰਕਾਰ ਹੋਣ ਦੇ ਨਾਤੇ ਕੋਈ ਤੱਗੜ ਵੀ ਇੱਕ ਪੱਤਰਕਾਰ ਉਨੂੰ ਇੱਕ ਸਰਾਹ ਦੇਣੀ ਚਾਹੂਗਾ ਉਮਰ ਵੱਡਾ ਹੋਣ ਦੇ ਨਾਤੇ ਉਹ ਮੰਨੇ ਜਾਂ ਨਾ ਮੰਨੇ ਉਹਦੀ ਮਰਜ਼ੀ ਕਿ ਤੱਕੜੇ ਜਿਹੜੇ ਲੋਕ ਤੇਰੇ ਆਇਦ ਵਾਲੇ ਤੁਰੇ ਫਿਰਦੇ ਆ ਇਹਨਾਂ ਤੋਂ ਬਚਣ ਦੀ ਕੋਸ਼ਿਸ਼ ਕਰਿਓ ਮੈਨੂੰ ਅਜੇ ਵੀ ਕਦੇ ਕੰਦਰੋਂ ਇਹ ਲੱਗਦਾ ਕਿ ਤਕੜਵਾ ਦਾ ਵੈਕਟਰ ਮੌ ਸਰਕਮਸਟੈਂਸ ਉਹਦੇ ਆਲੇ-ਦਾਲੇ ਜਿਹੜੀ ਜੁੰਡਲੀ ਇਕੱਠੀ ਹੋ ਗਈ ਤੇ ਇਹਨਾਂ ਨੇ ਤੱਕੜ ਦੇ ਅਸਰ ਰਸੂਖ ਦਾ ਉਹਦੀ ਚੈਨਲ ਦਾ ਉਹਦੀ ਸੁਭਾਤਾ ਉਹਦੇ ਕੈਲੀ ਮਰਦਾ ਉਦੇ ਕੰਮ ਦਾ ਉਹਦੀ ਪੱਤਰਕਾਰਤਾ ਦਾ ਬਹੁਤ ਵੱਡਾ ਫਾਇਦਾ ਚੱਕਿਆ ਆਪਣੇ ਮਕਸਦ ਲਈ ਆਪਣੇ ਕੰਮ ਘਟਾਉਣ ਲਈ ਉਹਨਾਂ ਨੇ ਤਗੜ ਨੂੰ ਵਰਤਿਆ ਔਰ ਤਗੜ ਚਾਹੁੰਦੇ ਹੋਏ ਜਨਾ ਚਾਹੁੰਦੇ ਹੋਏ ਵਰਤਿਆ ਗਿਆ ਜਾਂ ਉਹਨੇ ਸਮਝਿਆ ਨਹੀਂ ਜਾਂ ਖਾਮਸ ਕੇ ਵੀ ਮਤਲਬ ਬਣਾ ਰਿਹਾ ਚਾਹ ਤੰਗਾ ਲੱਗਦਾ ਹੋਵੇ ਪਰ ਹੁਣ ਜਦੋਂ ਇਨਾ ਕੁਝ ਦੇਖ ਲਿਆ ਸਮਝ ਲਿਆ ਸਾਹਮਣੇ ਆ ਗਿਆ ਮੁਰੇ ਮੇਰੀ ਇੱਕ ਸਲਾਹ ਰਹੇਗੀ ਬਜ਼ੁਰਗਾਨਾ ਕਿ ਉਹ ਜੇ ਬੰਦਿਆਂ ਤੋਂ ਬਚ ਕੇ ਰਹੋ ਤਗੜ ਭਾਈ ਇਹਨਾਂ ਨੇ ਪਹਿਲਾਂ ਤੁਹਾਡਾ ਬਹੁਤ ਨੁਕਸਾਨ ਕਰਤਾ ਤੇ ਜੇ ਤੁਸੀਂ ਚੁੰਗਲ ਚੋ ਚੱਕਰ ਵੀ ਤੋਂ ਨਾ ਨਿਕਲੇ ਇਹ ਲੋਕ ਤੁਹਾਡਾ ਫੇਰ ਨੁਕਸਾਨ ਕਰਨਗੇ ਮੈਂ ਗਲਤ ਆਵੇ ਨਾ ਕਹਿ ਚੜ। ਤੁਹਾਡਾ ਸਾਰਿਆਂ ਦਾ ਦੋਸਤ ਇੱਕ ਵਾਰੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ